ਇਹਨਾਂ ਦੀ ਵਜ੍ਹਾ ਨਾਲ ਹੀ ਜੋ ਵੀ ਹੋਣਾ ਇਹਨਾਂ ਦੀ ਕਿਰਪਾ ਦੇ ਨਾਲ ਹੀ ਹੋਣਾ ਆ। ਸਭ ਤੋਂ ਪਹਿਲਾਂ ਗਣਪਤੀ ਗਣੇਸ਼ ਜੀ ਦੇ ਚਰਨਾਂ ਦੇ ਵਿੱਚ ਦੋ ਲਾਈਨਾਂ। ਸਾਰਿਆਂ ਤੋਂ ਪਹਿਲਾਂ ਦਾਤਾ ਦੋਵੇਂ ਹੱਥ ਜੋੜਾਂ, ਭਲਾ ਸਰ ਬਾਤ ਦਾ ਮੈਂ ਸੱਚੇ ਦਿਲੋਂ ਲੋੜਾਂ। ਸਾਰਿਆਂ ਤੋਂ ਪਹਿਲਾਂ ਦਾਤਾ ਦੋਵੇਂ ਹੱਥ ਜੋੜਾਂ, ਭਲਾ ਸਰ ਬਾਤ ਦਾ ਮੈਂ ਸੱਚੇ ਦਿਲੋਂ ਲੋੜਾਂ। ਮੂੰਹੋਂ ਮੰਗੀਆਂ ਤੂੰ ਕਰੇ ਪੂਰੀਆਂ ਮੁਰਾਦਾਂ, ਅਣ ਸੁਣੀਆਂ ਨਾ ਕਦੇ ਹੋਣ ਫਰਿਆਦਾਂ। ਬਖਸ਼ਿਆ ਹੈ ਗੁਣ ਜਿਹੜਾ ਮੈਨੂੰ ਮੇਰੇ ਮਾਲਕਾ, ਤੇਥੋਂ ਮਨਜ਼ੂਰੀ ਲੈ ਕੇ ਗਾਉਣ ਲੱਗੀ ਆਂ। ਕਿਮਾ ਕਰੀ ਮੇਥੋਂ ਕੋਈ ਹੋ ਜਾਏ ਗੁਸਤਾਖੀ, ਪਹਿਲਾਂ ਤੇਰਾ ਨਾਮ ਮੈਂ ਧਿਆਉਣ ਲੱਗੀ ਆਂ, ਪਹਿਲਾਂ ਤੇਰਾ ਨਾਮ ਮੈਂ ਧਿਆਉਣ ਲੱਗੀ ਆਂ। ਓ ਮਈਆ ਮੇਰੀ ਤੇ ਮੈਂ ਪਛੜੀ ਉਹਦੀ, ਮੇਰੀ ਹੱਥੀ ਉਹਦੇ ਵਿਚੜੋਰ ਲੋਕੋ, ਬਾਹਰੇ ਮਾਰੇ ਜਾਵਾਂ ਆਪਣੀ ਮਈਆ ਦੇ, ਜਿਹਨੇ ਚਰਨੀ ਲਿਆ ਮੈਨੂੰ ਜੋੜ ਲੋਕੋ, ਜਿਹਨੇ ਚਰਨੀ ਲਿਆ ਮੈਨੂੰ ਜੋੜ ਲੋਕੋ। ਹੋ ਗਈ ਮਿਹਰਬਾਨੀ ਮਿਹਰਬਾਨੀ ਮਈਆ ਦੀ, ਹੋ ਗਈ ਮਿਹਰਬਾਨੀ ਮਿਹਰਬਾਨੀ ਮਈਆ ਦੀ, ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ। ਮੈਂ ਦੀਵਾਨੀ ਦੀਵਾਨੀ ਮਈਆ ਦੀ।
ਸੱਚਣਾ ਹੈ ਮਾਂ ਦੇ ਦਰਬਾਰ 'ਤੇ ਹਾਜ਼ਰੀ ਲਾ। ਇੱਕ ਦੋ ਅੰਤਰਿਆਂ ਦੇ ਨਾਲ ਮੇਰੀ ਵੀ ਹਾਜ਼ਰੀ ਹੈ, ਜਿਨ੍ਹਾਂ ਨੇ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਣੀ ਹੈ। ਕਿਹਨਾਂ ਨੇ ਨੱਚਣਾ ਮਾਂ ਦੇ ਦਰਬਾਰ 'ਤੇ? ਪਲੀਜ਼ ਜਲ ਜਲਦੀ ਖੜ੍ਹੇ ਹੋ ਜਾਓ, ਟਾਈਮ ਘੱਟ ਹੀ ਆ ਆਪਣੇ ਕੋਲ, ਹੋਰ ਵੀ ਕਲਾਕਾਰ ਬੈਠੇ ਨੇ। ਸੋ ਕਿਸੇ ਨੇ ਨੱਚਣਾ ਮਾਂ ਦੇ ਦਰਬਾਰ 'ਤੇ, ਜਿਨ੍ਹਾਂ ਨੂੰ ਦੇਵਾ ਜੀ ਦੇ ਨਾਲ ਪਿਆਰ ਹੈ, ਜਿਨ੍ਹਾਂ ਨੇ ਨੱਚ ਕੇ ਹਾਜ਼ਰੀ ਲਾਣੀ ਮਾਂ ਦੇ ਦਰਬਾਰ 'ਤੇ। ਕਿਹਨਾਂ ਦਾ ਦਿਲ ਕਰਦਾ ਜੀ ਮਾਂ ਦੇ ਦਰਬਾਰ 'ਤੇ ਨੱਚ ਕੇ ਹਾਜ਼ਰੀ ਲਾਉਣ? ਸਾਡੇ ਦੇਵਾ ਜੀ ਦੇ ਲਈ ਨੱਚਣਾ ਤੁਸੀਂ, ਮਾਂ ਦੇ ਲਈ ਨੱਚਣਾ, ਮਾਂ ਚਿੰਤਪੁਰਨੀ ਦੇ ਲਈ। ਵਾਹ ਜੀ ਵਾਹ, ਕਿਸੇ ਨੇ ਨਹੀਂ ਨੱਚ ਕੇ ਹਾਜ਼ਰੀ ਲਾਉਣੀ। ਚਲੋ ਕੋਈ ਗੱਲ ਨਹੀਂ, ਚਲੋ ਆ ਜਾਓ।